ਸੰਗਰੂਰ ਪੁਲਿਸ ਨੇ ਬਰਨਾਲਾ ਤੋਂ ਮਾਰਕਫੈਡ ਦੇ ਇੰਸਪੈਕਟਰ ਨੂੰ ਖਰਾਬ ਕਣਕ ਵੇਚਣ ਦੇ ਦੋਸ਼ਾਂ ਹੇਠ ਕਾਬੂ ਕੀਤਾ। ਦੱਸਿਆ ਜਾ ਰਿਹਾ ਕਿ ਇਹ ਇੰਸਪੈਕਟਰ ਖਰਾਬ ਕਣਕ ਨੂੰ 1,000 ਰੁਪਏ ਪਰ ਕੁਇੰਟਲ ਦੇ ਹਿਸਾਬ ਨਾਲ ਵੇਚਦਾ ਸੀ। ਸੰਗਰੂਰ ਪੁਲਿਸ ਵੱਲੋਂ ਹੁਣ 2 ਪਿਕਅਪ ਗੱਡੀਆਂ ਦੇ ਨਾਲ ਨਾਲ 37 ਕੁਇੰਟਲ ਕਣਕ ਸਮੇਤ 2 ਖਰੀਦਦਾਰ ਵੀ ਕਾਬੂ ਕੀਤੇ ਗਏ ਨੇ। ਬਰਨਾਲੇ ਮਾਰਕਫੈਡ ਦਾ ਗਡਾਊਨ ਹੈ, ਜਿਹਦੇ ਵਿੱਚ ਕਾਫੀ ਵੱਡਾ ਗਡਾਊਨ ਹੈ, ਜਿਹਦੇ ਵਿੱਚ 2013-14 ਦੀ ਉਹਦੇ 'ਤੇ ਕਣਕ ਲੱਗੀ ਵੀ ਹੈ, ਕੁਛ ਡੈਮੇਜ ਕਣਕ ਹੈ ਜਿਹੜੀ ਉਹ ਵੀ ਪਈ ਹੈ ਉਹਦੇ 'ਚ ਕਾਫੀ ਵੱਡੇ ਲੈਵਲ 'ਤੇ ਹੈ। ਉਹਦੇ ਵਿੱਚ ਜਿਹੜੀ 3.5 ਲੱਖ ਬੋਰੀ ਹੈ ਜਿਹੜੀ ਉੱਥੇ ਡੈਮੇਜ ਕਣਕ ਪਈ ਹੈ, ਅਤੇ ਉਹਦੇ ਵਿੱਚੋਂ ਜਿਹੜਾ ਉਹਦਾ ਜਿਹੜਾ ਹੈਗਾ ਗਡਾਊਨ ਇੰਚਾਰਜ ਹੈ ਇੰਸਪੈਕਟਰ ਭੁਪਿੰਦਰ ਸਿੰਘ ਹੈ, ਉਹ ਅਸੀਂ ਉਹਨੂੰ ਅਰੈਸਟ ਕੀਤਾ। ਨਾਲ ਉਹਦੇ ਵਿੱਚੋਂ 2 ਪਿਕਅਪ ਗੱਡੀਆਂ ਜਿਹੜੀਆਂ ਕਿ 37 ਕੁਇੰਟਲ ਕਣਕ ਹੈ ਜਿਹੜੀ ਕਿ ਉਹਨੂੰ ਉਹਨੇ ਅੱਗੇ ਵੇਚੀ ਸੀ, ਜਿਹੜੀ ਕਿ 1,000 ਰੁਪਇਆ ਪਰ ਕੁਇੰਟਲ ਦੇ ਹਿਸਾਬ ਨਾਲ ਅੱਗੇ ਵੇਚੀ ਸੀ। ਅਸੀਂ ਜਿਹੜੇ ਖਰੀਦਣ ਵਾਲੇ 2 ਬੰਦੇ ਆ ਉਹ ਉਹਨਾਂ ਨੂੰ ਉਹਦੇ 'ਚ ਕਾਬੂ ਕਰ ਲਿਆ, ਅਰੈਸਟ ਕਰ ਲਿਆ। ਨਾਲ ਜਿਹੜਾ ਹੈਗਾ ਉਹਨੂੰ ਭੁਪਿੰਦਰ ਸਿੰਘ ਇੰਸਪੈਕਟਰ ਨੂੰ ਵੀ ਇਹਦੇ 'ਚ ਅਰੈਸਟ ਕਰ ਲਿਆ, ਜਸਵਿੰਦਰ ਸਿੰਘ ਇੰਸਪੈਕਟਰ ਨੂੰ ਵੀ ਇਹਦੇ 'ਚ ਅਰੈਸਟ ਕਰ ਲਿਆ। ਇਸ ਤੋਂ ਬਾਅਦ ਜਦੋਂ ਇੰਸਪੈਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਆਪਣੇ 'ਤੇ ਲੱਗੇ ਦੋਸ਼ਾਂ ਲਈ ਪੱਲਾ ਝਾੜਦਿਆਂ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਚੱਕਿਆਂ 'ਚ ਨਾ ਗਲੀਆਂ 'ਚ ਖਿੰਡ ਜਾਂਦੀ ਹੁੰਦੀ ਆ ਕਣਕ, ਉਹ ਅਸੀਂ ਲੇਬਰ ਐਡਜਸਟ ਕਰਦੇ ਹੁੰਦੇ ਹਾਂ, ਸੂਰਾਂ ਸਾਰਾ ਵਾਲੇ ਵਾਲੇ ਨੂੰ ਦੇ ਦਿੰਦੇ ਹੁੰਦੇ, ਹੋਰ ਕੋਈ ਚੱਕਰ ਨਹੀਂ। ਪ੍ਰੋਸੀਜਰ ਰਾਹੀਂ ਦਿੰਦੇ ਹਾਂ ਵੈਸੇ, ਕਿਉਂਕਿ ਇਹੀ ਜਿਹੜੇ ਹੁੰਦੇ ਨੇ, ਜਿਹੜੇ ਸੈਂਸੀ ਹੁੰਦੇ ਨੇ, ਸਾਡੇ ਇਹੀ ਗੋਦਾਮਾਂ 'ਚ ਕੰਮ ਕਰਦੇ ਨੇ, ਇਹਨਾਂ ਦੀਆਂ ਲੇਡੀਜ਼ 'ਤੇ ਇਹੀ ਜੈਂਟਸ ਕੰਮ ਕਰਦੇ ਹੁੰਦੇ। ਨਹੀਂ ਚੋਰੀ ਕਰਕੇ ਕੋਈ ਨਹੀਂ ਲੈ ਕੇ ਆਉਂਦੇ, ਲੇਬਰ ਖਰਚੇ ਉਹਦੇ ਫਿਰ ਅਸੀਂ ਆਪਣਾ ਕਰ, ਨਹੀਂ ਕੁਆਂਟਿਟੀ ਨਹੀਂ ਨਾ ਹੈਗੀ ਇਹ ਗਲੀਆਂ 'ਚ। ਸਾਡੇ ਪਲੰਥ ਬਹੁਤ ਵੱਡੇ ਨੇ, ਡੈਮੇਜ ਕਰੋਪ ਹੋਈ ਉੱਥੇ, ਮੈਂ ਤਾਂ ਨਵਾਂ ਚਾਰਜ ਲਿੱਤਾ ਸੀ, ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ। ਜਿਹੜੀ ਮੇਰੀ ਕਰੋਪ ਮੇਰੇ ਕੋਲ ਤਾਂ ਨਵੀਂ ਕਣਕ ਦਾ ਚਾਰਜ ਹੈ, ਮੇਰੇ ਕੋਲ ਪੁਰਾਣੀ ਕਣਕ ਦਾ ਚਾਰਜ ਨਹੀਂ ਹੈਗੇ। ਗੇਟ ਪਾਸ ਕੱਟਿਆ ਇਹਨਾਂ ਦਾ? ਨਹੀਂ ਗੇਟ ਪਾਸ ਇਹਨਾਂ ਦਾ ਕੋਈ ਨਹੀਂ ਕੱਟਿਆ, ਕਿਉਂਕਿ ਮੇਰੀ ਕਸਟਡੀ 'ਚ ਨਹੀਂ ਨਾ ਹੈਗਾ ਇਹ, ਖਰਾਬ ਕਣਕ ਅੱਗੇ ਵੇਚੀ ਜਾਂਦੀ ਸੀ। ਸੰਗਰੂਰ ਤੋਂ ਸੰਜੀਵ ਗੋਇਲ, D5 ਚੈਨਲ, ਪੰਜਾਬੀ।